ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਮੁੱਖ ਮੰਤਰੀ ਦੇ ਚੇਰੇ ਦੀ ਚੋਣ ਲਈ ਸਭ ਤੋਂ ਵੱਧ ਵੋਟਾਂ ਸੁਨੀਲ ਜਾਖੜ ਨੂੰ ਪਈਆਂ ਸੀ ਤੇ ਸਭ ਤੋਂ ਘੱਟ ਚਰਨਜੀਤ ਸਿੰਘ ਚੰਨੀ ਨੂੰ ਪਈਆਂ ਸੀ ਸੁਨੀਲ ਜਾਖੜ ਨੇ ਖੁਦ ਕੀਤਾ ਹੈ ਇੱਕ ਚੋਣ ਸਭਾ ਦੇ ਵਿੱਚ ਬੋਲਦਿਆਂ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਜਦੋਂ ਕਾਂਗਰਸ ਹਾਈ ਕਮਾਂਡ ਨੇ ਸਾਰੇ ਵਿਧਾਇਕਾਂ ਦੀ ਰਾਏ ਪੁੱਛੀ ਸੀ ਤਾਂ ਸਭ ਤੋਂ ਵੱਧ ਵੋਟਾਂ ਮੈਨੂੰ ਯਾਨੀ ਕਿ ਸੁਨੀਲ ਜਾਖੜ ਨੂੰ ਪਈਆਂ ਸੀ ਪੰਜਾਬ ਦੇ ਮੁੱਖ ਮੰਤਰੀ ਦਾ ਤਾਜ ਚਾਹੇ ਚਰਨਜੀਤ ਸਿੰਘ ਚੰਨੀ ਦੇ ਸਿਰ ਤੇ ਸਜ ਗਿਆ ਸੀ ਪਰ ਕਾਂਗਰਸ ਹਾਈ ਕਮਾਂਡ ਦੀ ਚੋਣ ਖੇਡ ਦੇ ਵਿੱਚ ਚਰਨਜੀਤ ਸਿੰਘ ਚੰਨੀ ਫਾੜੀ ਰਹੇ ਸਨ ਇਹ ਸਾਹਮਣੇ ਆਇਆ ਹੈ ਸੁਨੀਲ ਜਾਖੜ ਦੇ ਜਨਤਕ ਤੌਰ ਤੇ ਦਿੱਤੇ ਬਿਆਨ ਤੋਂ ਬਾਅਦ ਹੁਣ ਤਾਂ ਇਹ ਚਰਚਾ ਹੋਰ ਵੀ ਜਚਣ ਲੱਗ ਪਈ ਹੈ ਕਿ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਹਾਈ ਕਮਾਂਡ ਜਾਂ ਕਾਂਗਰਸ ਦੀ ਪਹਿਲੀ ਪਸੰਦ ਹੋਣ ਕਰਕੇ ਨਹੀਂ ਸਗੋਂ ਸੱਚਮੁੱਚ ਹੀ ਅਨੁਸੂਚਿਤ ਜਾਤੀ ਪਾਈਚਾਰੇ ਦੇ ਨਾਲ ਸਬੰਧਿਤ ਹੋਣ ਕਰਕੇ ਦਿੱਤੀ ਗਈ ਦਲਿਤ ਕਾਰਡ ਖੇਡਿਆ ਗਿਆ ਚੰਨੀ ਚਾਹੇ 3 ਮਹੀਨਿਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਨੇ ਪਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਢਿੱਡ ਤੋਂ ਝੱਗਾ ਚੁੱਕ ਦਿੱਤਾ ਹੈ ਉਹਨਾਂ ਨੇ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਦਾਵਾ ਕੀਤਾ ਹੈ ਕਿ ਕੈਪਟਨ ਅਵਿੰਦਰ ਸਿੰਘ ਨੂੰ ਲਾਂਭੇ ਕਰਨ ਤੋਂ ਬਾਅਦ ਅਗਲੇ ਮੁੱਖ ਮੰਤਰੀ ਲਈ ਮੇਰੇ ਨਾਮ ਤੇ ਵੀ ਵਿਚਾਰ ਕੀਤਾ ਗਿਆ ਸੀ ਦਿਲ ਦੀ ਗੱਲ ਜਾਂ ਕਹਿ ਦਈਏ ਕਿ ਦਿਲ ਦਾ ਦਰਦ ਸਾਂਝੇ ਕਰਦੇ ਹੋਏਆਂ ਜਾਖੜ ਨੇ ਕਿਹਾ ਕਿ ਕੈਪਟਨ ਨੂੰ ਹਟਾਏ ਜਾਣ ਤੋਂ ਬਾਅਦ ਅਗਲਾ ਮੁੱਖ ਮੰਤਰੀ ਬਣਾਉਣ ਲਈ ਪਾਰਟੀ ਹਾਈ ਕਮਾਂਡ ਨੇ 79 ਵਿਧਾਇਕਾਂ ਤੋਂ ਫੋਨ ਤੇ رائے ਮੰਗੀ ਸੀ ਕਾਂਗਰਸ ਦੇ ਵਿਧਾਇਕਾਂ ਤੋਂ ਜਿਦੇ ਵਿੱਚ ਚੰਨੀ ਫਾੜੀ ਰਹੇ ਸੀ ਉਹਨਾਂ ਦਾਅਵਾ ਕੀਤਾ ਕਿ ਸੁਨੀਲ ਜਾਖੜ ਦੇ ਹੱਕ ਵਿੱਚ 42 ਵਿਧਾਇਕਾਂ ਨੇ ਵੋਟਾਂ ਪਾਈਆਂ ਸੀ ਚਰਨਜੀਤ ਸਿੰਘ ਚੰਨੀ ਨੂੰ ਸਿਰਫ 2 ਵੋਟਾਂ ਮਿਲੀਆਂ ਸੀ ਦੂਸਰੇ ਨੰਬਰ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ 16 ਵੋਟਾਂ ਮਿਲੀਆਂ ਮਹਾਰਾਣੀ ਪ੍ਰਨੀਤ ਕੌਰ ਨੂੰ 12 ਵੋਟਾਂ ਪਈਆਂ ਨਵਜੋਤ ਸਿੰਘ ਸਿੱਧੂ ਨੂੰ 6 ਵੋਟਾਂ ਪਈਆਂ ਸੀ ਤੇ ਚਰਨਜੀਤ ਸਿੰਘ ਚੰਨੀ 2 ਵੋਟਾਂ ਲੈ ਕੇ ਫਾੜੀ ਰਹੇ ਸੀ ਪਰ ਕੁਰਸੀ ਖਿੱਚਣ ਦੇ ਵਿੱਚ ਕਾਮਯਾਬ ਚੰਨੀ ਹੋ ਗਈ ਸੀ ਜਾਖੜ ਨੇ ਵੀ ਕਿਹਾ ਕਿ ਰਾਹੁਲ ਗਾਂਧੀ ਨੇ ਮੈਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਵੀ ਪੇਸ਼ਕਸ਼ ਕੀਤੀ ਸੀ ਇਹਦੇ ਨਾਲ ਹੀ ਹੁਣ ਇਹ ਗੱਲ ਵੀ ਚਿੱਟੇ ਦਿਨਵੰਗ ਸਾਫ ਹੋ ਗਈ ਹੈ ਕਿ ਜਦੋਂ ਭਾਜਪਾ ਨੇ ਦਲਿਤ ਨੂੰ ਮੁੱਖ ਮੰਤਰੀ ਤੇ ਅਕਾਲੀ ਦਲ ਨੇ ਦਲਿਤ ਚਿਹਰੇ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਤਾਂ ਕਾਂਗਰਸ ਨੂੰ ਇਹ ਅੱਕ ਚੱਬਣਾ ਪਿਆ ਪਰ ਉਸ ਤੋਂ ਬਾਅਦ ਜਿਸ ਤਰੀਕੇ ਦੀ ਚਰਨਜੀਤ ਸਿੰਘ ਚੰਨੀ ਦੀ ਪਰਫਾਰਮੈਂਸ ਰਹੀ ਲੋਕਾਂ ਦੇ ਵਿੱਚ ਹਰਮਨ ਪਿਆਰਤਾ ਵਧੀ ਤਾਂ ਇਹ ਜਿਹੜਾ ਅੱਕ ਸੀ ਉਹ ਕਾਂਗਰਸ ਨੂੰ ਫਿੱਟ ਵੀ ਬੈਠਿਆ ਰਾਸ ਵੀ ਆਇਆ ਹਾਲਾਂਕਿ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਇਲਜ਼ਾਮ ਵੀ ਮੁੱਖ ਮੰਤਰੀ ਤੇ ਲੱਗਦੇ ਰਹੇ ਕੋਈ ਇਸ ਗੱਲ ਦਾ ਤੁਹਾਨੂੰ ਇਸ ਗੱਲ ਦਾ ਗਿਲਾ ਨਹੀਂ ਵੀ ਆਪਾਂ ਕਿੱਥੇ ਹੁੰਦੇ ਨਹੀਂ ਹੁੰਦੇ ਪ੍ਰਮਾਤਮਾ ਜੋ ਕਰਦਾ ਹੈ ਬੜਾ ਸਹੀ ਕਰਦਾ ਹੈ ਇਸ ਇਸ ਗੱਲ ਦਾ ਮੈਨੂੰ ਕੋਈ ਗਿਲਾ ਨਹੀਂ ਸਾਹਿਬ ਵੀ ਮੈਨੂੰ 40 ਨਹੀਂ 42 ਐਮਐਲਏ ਨੂੰ ਵੋਟਾਂ ਪਈਆਂ ਅਸਲ ਜਿਹੜੇ ਮੈਂ ਤੁਹਾਨੂੰ ਫੈਕਟ ਦੱਸ ਦੇਣਾ 42 ਵੋਟਾਂ ਸੁਨੀਲ ਨੂੰ ਪਈਆਂ 16 ਵੋਟਾਂ ਸੁਖਜਿੰਦਰ ਰੰਧਾਵੇ ਨੂੰ ਪਈਆਂ 12 ਵੋਟਾਂ ਪਈਆਂ ਮਹਾਰਾਜੀ ਪ੍ਰਨੀਤ ਕੌਰ ਨੂੰ 6 ਵੋਟਾਂ ਪਈਆਂ ਨਵਜੋਤ ਸਿੰਘ ਸਿੱਧੂ ਸ਼ਾਬਾਸ਼ ਉਹ ਵੋਟਾਂ ਪਈਆਂ ਚੰਗੀਆਂ ਦੇਖੋ ਦੇਖੋ ਹਾਂ ਮੈਂ ਮੇਰਾ ਇੱਕੋ ਹੀ ਗਲਾ ਸੀਗਾ ਜਦੋਂ ਮੈਨੂੰ ਬੁਲਾ ਕੇ ਉਹਨਾਂ ਰਾਉਂਗਾਂ ਨੇ ਉਹਨਾਂ ਨੇ ਕਿਹਾ ਸੁਨੀਲ ਤੈਨੂੰ ਡਿਫਟੀ ਚੀਜ਼ ਬਣਾਉਣੇ ਬੰਦਾ ਕਿਉਂ ਨਹੀਂ ਮੈਂ ਕਹਿੰਦਾ ਮੈਂ ਜਖੜ ਨੇ ਇਹ ਵੀ ਕਿਹਾ ਕਿ ਮੈਨੂੰ ਮੁੱਖ ਮੰਤਰੀ ਬਣਨ ਦਾ ਕੋਈ ਗੁਲਾਮ ਨਹੀਂ ਹੈ ਹਾਲਾਂਕਿ ਕਹਿੰਦੇ ਮੈਨੂੰ ਖੁਸ਼ੀ ਹੈ ਕਿ 42 ਜਣਿਆਂ ਨੇ ਮੈਨੂੰ ਬਿਨਾਂ ਕੁਝ ਹੁੰਦਿਆਂ ਹੋਿਆਂ ਵੀ ਸੀਐਮ ਦੀ ਕੁਰਸੀ ਦੇ ਯੋਗ ਸਮਝਿਆ ਉਹਨਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਕੋਈ ਵਿਕਲਪ ਨਹੀਂ ਦਿੱਤਾ ਗਿਆ ਸੀ ਜਦੋਂ رائے ਲਈ ਸੀ ਤਾਂ ਕੋਈ ਨਾਮ ਨਹੀਂ ਸੀ ਦਿੱਤੇ ਗਏ ਕਿ ਇਹਨਾਂ ਇਹਨਾਂ ਦੇ ਵਿੱਚੋਂ ਤੁਸੀਂ ਕਿਹਨੂੰ ਚੁਣਨਾ ਚਾਹੁੰਦੇ ਹੋ ਬਲਕਿ ਸਿਰਫ ਇਹ ਕਿਹਾ ਗਿਆ ਸੀ ਕਿ ਕੈਪਟਨ ਸਾਹਿਬ ਪਾਸੇ ਹੋ ਗਏ ਨੇ ਤੇ ਹੁਣ ਆਪਾਂ ਮੁੱਖ ਮੰਤਰੀ ਬਣਾਉਣਾ ਤੁਸੀਂ ਨਾਮ ਦੱਸ ਦਿਓ ਤਾਂ ਫਿਰ 79 ਵਿਧਾਇਕਾਂ ਨੇ ਸਭ ਤੋਂ ਵੱਧ ਵੋਟਾਂ ਮੇਰੇ ਹੱਕ ਦੇ ਵਿੱਚ ਪਾਈਆਂ ਸੀ ਪਰ ਬੜੀ ਹੈਰਾਨੀ ਦੀ ਗੱਲ ਹੈ ਜੋ ਜਿਸ ਤਰੀਕੇ ਦੀ ਚਰਚਾ ਚੱਲੀ ਸੀ ਤਾਂ ਸੁਖੀ ਰੰਧਾਵਾ ਦਾ ਨਾਮ ਸਭ ਤੋਂ ਉੱਤੇ ਆਇਆ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੀਐਮ ਬਣਾਇਆ ਜਾ ਸਕਦਾ ਹੈ ਮੀਡੀਆ ਤਾਂ ਉਹਨਾਂ ਦੇ ਘਰੇ ਵੀ ਪਹੁੰਚ ਗਿਆ ਸੀ ਢੋਲ ਡੱਗੇ ਵਾਲੇ ਵੀ ਪਹੁੰਚ ਗਏ ਸੀ ਤੇ ਦੂਸਰੇ ਨੰਬਰ ਤੇ ਉਹਨਾਂ ਨੂੰ ਵੱਧ ਵੋਟਾਂ ਪਈਆਂ ਸੀ ਪਰ ਸੁਨੀਲ ਜਾਖੜ ਦੇ ਨਾਮ ਦੀ ਚਰਚਾ ਤੱਕ ਨਹੀਂ ਹੋਈ ਹਾਲਾਂਕਿ ਸਿੱਧੂ ਦੇ ਨਾਮ ਦੀ ਚਰਚਾ ਵੀ ਚੱਲਦੀ ਰਹੀ ਪਰ ਅਖੀਰ ਤੇ ਚਰਨਜੀਤ ਸਿੰਘ ਚੰਨੀ ਦੇ ਨਾਮ ਦੀ ਤਾਂ ਦੂਰ ਨੇੜੇ ਤੱਕ ਚਰਚਾ ਨਹੀਂ ਸੀ ਪਰ ਜਦੋਂ ਕਾਂਗਰਸ ਹਾਈ ਕਮਾਂਡ ਦੇ ਲਿਫਾਫੇ ਵਿੱਚੋਂ ਨਾਮ ਨਿਕਲਿਆ ਤਾਂ ਉਹ ਚਰਨਜੀਤ ਜਨਜੀਤ ਸਿੰਘ ਚੰਨੀ ਦਾ ਸੀ ਸੋ ਹੁਣ ਕਹਿ ਸਕਦੇ ਆ ਕਿ ਹਾਈ ਕਮਾਂਡ ਦੇ ਮੂਰੇ ਹੁਣ ਚੁਣੌਤੀ ਵੱਡੀ ਹੈ ਹਾਈ ਕਮਾਂਡ ਦੇ ਲੀਡਰ ਰਾਹੁਲ ਗਾਂਧੀ ਜਦੋਂ 27 ਜਨਵਰੀ ਨੂੰ ਪੰਜਾਬ ਆਏ ਸੀ ਤਾਂ ਉਹਨਾਂ ਨੇ ਦੋ ਚਿਹਰੇ ਮੁੱਖ ਤੌਰ ਤੇ ਦੱਸੇ ਸੀ ਕਿ ਇਹਨਾਂ ਦੇ ਵਿੱਚੋਂ ਆਪਾਂ ਕੋਈ ਸੀਐਮ ਚਿਹਰਾ ਚੁਣ ਲਵਾਂਗੇ ਵਰਕਰਾਂ ਦੀ ਰਾਏ ਦੇ ਨਾਲ ਪਰ ਉਸ ਤੋਂ 2-3 ਦਿਨ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਵੀ ਦਾਵਾ ਠੋਕ ਦਿੱਤਾ ਕਹਿੰਦੇ ਮੇਰੇ ਵਿੱਚ ਕੀ ਕਮੀ ਹੈ ਸੋ ਕੈਪਟਨ ਤੋਂ ਬਾਅਦ ਸਭ ਤੋਂ ਸੀਨੀਅਰ ਮੈਂ ਹੀ ਆ ਤੇ ਮੈਂ ਮੁੱਖ ਮੰਤਰੀ ਬਣਦੇ ਪੂਰਾ ਕਾਬਿਲ ਹਾਂ ਤੇ ਇਸੇ ਕਰਕੇ ਸ਼ਾਇਦ ਮੈਨੂੰ ਸਾਰੇ ਐਮਪੀਜ਼ ਦੇ ਵਿੱਚੋਂ ਮੈਨੂੰ ਹੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤੇ ਹੁਣ ਸੁਨੀਲ ਜਾਖੜ ਨੇ ਜਿਹੜਾ ਆਪਣਾ ਦਿਲ ਦਾ ਦਰਦ ਲੋਕਾਂ ਦੇ ਸਾਹਮਣੇ ਰੱਖਿਆ ਹੈ ਉਸ ਦੇ ਨਾਲ ਸ਼ਾਇਦ ਹਾਈ ਕਮਾਂਡ ਦੀ ਜਿਹੜੀ ਚੁਣੌਤੀ ਹੈ ਚੈਲੰਜ ਹੈ ਉਹ ਹੋਰ ਵੀ ਵੱਡਾ ਹੋ ਗਿਆ ਹੈ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਰਾਜਪਾਲ ਨੇ ਜਾਂਚ ਦੇ ਹੁਕਮ ਦਿੱਤੇ ਨੇ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਜਿਸ ਅਹਿ ਵਿੱਚ ਹਾਈ ਕਮਾਂਡ ਹੁਣ ਫੈਸਲਾ ਕੀ ਲਵੇਗੀ ਕਿਸ ਤਰੀਕੇ ਦੇ ਨਾਲ ਲਵੇਗੀ ਇਹ ਹੁਣ ਵੱਡਾ ਵੱਡੀ ਜਿਹੜੀ ਚੁਣੌਤੀ ਉਹਨਾਂ ਦੇ ਸਾਹਮਣੇ ਖੜੀ ਹੈ ਤੇ ਹੁਣ ਦਿਨ ਬਹੁਤ ਥੋੜੇ ਨੇ ਕੋਈ ਨਾ ਕੋਈ ਫੈਸਲਾ ਤਾਂ ਲੈਣਾ ਹੀ ਪਵੇਗਾ ਇਹ ਹੀ ਸਿਆਸਤ ਦੇ ਰੰਗ ਨੇ ਧੰਨਵਾਦ